ਘਰਾਂ ਤੋਂ ਬਾਹਰ ਨਿਕਲੋ, ਵੱਧ ਤੋਂ ਵੱਧ ਵੋਟਿੰਗ ਕਰਕੇ ਆਪਣੇ ਦੇਸ਼ ਦਾ ਭਵਿੱਖ ਚੁਣੋ। ਤੁਸੀਂ ਜਿਹਨੂੰ ਵੀ ਤੁਸੀਂ ਵੋਟ ਪਾਉਣੀ ਚਾਹੁੰਦੇ ਹੋ ਪਾਓ, ਵੱਧ ਤੋਂ ਵੱਧ ਵੋਟਾਂ ਪਾ ਕੇ ਤਾਂ ਜੋ ਸਾਡੀ ਵੱਧ ਤੋਂ ਵੱਧ 70-80% ਪੋਲਿੰਗ ਹੋ ਸਕੇ। ਕਿਵੇਂ ਲੱਗਦੀ ਹੈ? ਦੇਖੋ, ਅੱਜ ਲੋਕਤੰਤਰ ਦਾ ਦਿਨ ਹੈ ਅਤੇ ਵੋਟਾਂ ਦਾ ਦਿਨ ਹੈਗਾ, ਹੈ ਅਤੇ ਵੋਟਾਂ ਪਾਉਣੀਆਂ ਚਾਹੀਦੀਆਂ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਅੱਜ ਜਿਹੜਾ ਤੁਸੀਂ ਹਿੰਦੁਸਤਾਨ ਦੀ ਸਰਕਾਰ ਚੁਣਨੀ ਹੈ, ਸਾਰਿਆਂ ਨੂੰ ਅੱਜ ਵੋਟ ਪਾ ਕੇ ਆਪਣੀ ਸਰਕਾਰ ਚੁਣਨ ਦਾ ਮੌਕਾ ਵੀ ਹੈਗਾ ਅਤੇ ਚੁਣੋ ਵੀ, ਕਿਉਂਕਿ ਇਹ 5 ਸਾਲ ਬਾਅਦ ਮੌਕਾ ਆਉਂਦਾ। ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਵੋਟਰਾਂ ਨੂੰ ਕਿ ਆਪਣੀ ਆਪਣੀ ਵੋਟ ਪਾ ਕੇ ਘਰਾਂ ਤੋਂ ਬਾਹਰ ਨਿਕਲੋ, ਵੱਧ ਤੋਂ ਵੱਧ ਵੋਟਿੰਗ ਕਰਕੇ ਆਪਣੇ ਦੇਸ਼ ਦਾ ਭਵਿੱਖ ਚੁਣੋ। ਤੁਸੀਂ ਜਿਹਨੂੰ ਵੀ ਤੁਸੀਂ ਵੋਟ ਪਾਉਣੀ ਚਾਹੁੰਦੇ ਹੋ ਪਾਓ, ਵੱਧ ਤੋਂ ਵੱਧ ਵੋਟਾਂ ਪਾ ਕੇ ਤਾਂ ਜੋ ਸਾਡੀ ਵੱਧ ਤੋਂ ਵੱਧ 70-80% ਪੋਲਿੰਗ ਹੋ ਸਕੇ। ਕਿਵੇਂ ਲੱਗਦੀ ਹੈ ਸਥਿਤੀ ਵੋਟਾਂ ਦੇ ਲਈ ਪੰਜਾਬ ਦੇ ਵਿੱਚ? ਮੈਂ ਜਿਹਨੂੰ ਵੋਟ ਪਾਉਣੀ ਹੈ ਉਸ ਕੈਂਡੀਡੇਟ ਨੇ ਜਿੱਤਣਾ ਹੈ, ਠੀਕ ਹੈ। ਅਸੀਂ ਆਪਣੀ ਸਾਡਾ ਕੈਂਡੀਡੇਟ, ਜੋ ਵੀ ਸਾਡੀ ਪਾਰਟੀ ਦਾ ਕੈਂਡੀਡੇਟ ਹੈ, ਆਮ ਆਦਮੀ ਪਾਰਟੀ ਦਾ ਕਾਂਗਰਸ ਸਾਹਿਬ, ਉਹ ਜਿੱਤਣਗੇ ਅਤੇ ਅਸੀਂ ਬਹੁਤ ਬਹੁਤ ਮੁਬਾਰਕਾਂ ਵੀ ਦਿੰਦੇ ਹਾਂ ਐਡਵਾਂਸ 'ਚ। ਹਾਂਜੀ, ਬਾਕੀ ਸੀਟਾਂ ਦੀ ਗੱਲ ਕੀਤੀ ਜਾਵੇ, ਕਿਵੇਂ ਆਮ ਆਦਮੀ ਪਾਰਟੀ ਦਾ ਰੁਝਾਨ? ਠੀਕ ਹੈ ਜੀ, ਸੀ ਐੱਮ ਸਾਹਿਬ ਕਹਿੰਦੇ ਨੇ ਪੰਜਾਬ 'ਚ, ਜੋ ਸਾਡੀ ਸੀ ਐੱਮ ਸਾਹਿਬ ਦਾ ਨਾਰਾ ਕਿ ਪੰਜਾਬ 'ਚ 13-0 ਹੋਏਗੀ, ਮੈਨੂੰ ਪੂਰੀ ਉਮੀਦ ਹੈ, ਫਿਕਰ ਹੈ ਕਿ ਪੰਜਾਬ 'ਚ 13-0 ਜ਼ਰੂਰ ਹੋਏਗੀ। ਪੰਜਾਬ 'ਚ ਆਮ ਆਦਮੀ ਪਾਰਟੀ ਨੇ ਲੋਕ ਜਿਸ ਤਰ੍ਹਾਂ 2022 'ਚ ਮੌਕਾ ਦਿੱਤਾ, ਉਸੇ ਤਰ੍ਹਾਂ 2024 'ਚ ਵੀ 13-0 ਕਰਕੇ ਮੌਕਾ ਦੇਣਗੇ।